ਸੰਗਰੂਰ ਦੇ ਪਿੰਡ ਚੰਗਾਲੀਵਾਲਾ ਵਿਖੇ ਜਗਮੇਲ ਸਿੰਘ ਦੀ ਲਾਸ਼ ਦਾ PGI ਚੰਡੀਗੜ੍ਹ ਤੋਂ ਇੱਥੇ ਪਹੁੰਚਣ ਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੱਖ-ਵੱਖ ਜਥੇਬੰਦੀਆਂ ਵੱਲੋਂ ਆਕਾਸ਼ ਗੁੰਜਾਉ ਨਾਰਿਆਂ ਦੇ ਨਾਲ ਸੰਸਕਾਰ ਕਰ ਦਿੱਤਾ ਗਿਆ। ਸੰਸਕਾਰ ਸਮੇਂ ਸਰਕਾਰ ਨਾਲ ਹੋਈ ਸਹਿਮਤੀ ਮੁਤਾਬਕ 6 ਲੱਖ ਰੁਪਏ ਦਾ ਚੈੱਕ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਅਤੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਪਰਿਵਾਰ ਨੂੰ ਦਿੱਤਾ ਅਤੇ ਸਨਮਾਨ ਵਜੋਂ ਮ੍ਰਿਤਕ ਦੇਹ ਤੇ ਸ਼ਾਲ ਵੀ ਪਾਇਆ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ, SSP ਸੰਦੀਪ ਗਰਗ, SDM ਕਾਲਾ ਰਾਮ ਕਾਂਸਲ, DSP ਲਹਿਰਾ ਬੂਟਾ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਇਲਾਕਾ ਵਾਸੀਆਂ ਅਤੇ ਵੱਖ-ਵੱਖ ਜਥੇਬੰਦੀਆਂ ਨੇ ਜਗਮੇਲ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ। ਤੁਸੀਂ ਸਾਰਿਆਂ ਨੇ ਖੁਦ ਵੀ ਦੇਖਿਆ ਕਿ ਪਰਿਵਾਰ ਦਾ ਸਾਡੇ ਨਾਲ ਇੱਕ ਦੁਖੀ ਪਰਿਵਾਰ ਹੈ, ਸਾਡਾ ਇੱਕ ਪਰਿਵਾਰਕ ਰਿਸ਼ਤਾ ਹੈ, ਸਾਡੇ ਆਪ ਧਰਮਸਾਲਾ ਦਾ ਇਤਿਹਾਸ ਜਿਹੜੀ ਸਮਝਦੀਆਂ ਅਣਮਨੁੱਖੀ ਐਸੀ ਕਿਰਿਆ ਹਰਕਤ ਕੇ ਨਾਲ ਕੀਤੀ ਹੈਗੀ ਜਿਹਨੂੰ ਪੰਜਾਲਮਾਨਾ ਕਹਿੰਦੇ ਹਾਂ, ਉਹਦੀ ਸਖ਼ਤ ਨਿੰਦਾ ਸਾਰੇ ਕਰਦੇ ਆ। ਲੇਕਿਨ ਉਹਦੇ ਵਿੱਚ ਪੂਰਾ ਸਰਕਾਰ ਨੇ ਆਪਣੀ, ਜਿਸ ਤਰ੍ਹਾਂ ਦੱਸਿਆ ਬਿਜਿੰਦਰ ਸਿੰਗਲਾ ਜੀ ਨੇ, ਇਹ ਵੀ ਇੱਥੋਂ MP ਵੀ ਰਹੇ ਨੇ, ਅੱਜ ਕੈਬਨਿਟ ਦੇ ਮਿਨਿਸਟਰ ਵੀ ਨੇ, ਸਾਡੀ ਸਾਰੀ ਐਡਮਿਨਿਸਟ੍ਰੇਸ਼ਨ ਡਿਪਟੀ ਕਮਿਸ਼ਨਰ, SSP, ਹਰ ਇੱਕ ਨੇ ਜੋ ਤੁਹਾਨੂੰ ਡਿਟੇਲ ਦੱਸੀ ਹੈਗੀ, ਜਦੋਂ ਜਦੋਂ ਪਤਾ ਲੱਗਿਆ ਉਸੇ ਤਰੀਕੇ ਨਾਲ ਦੀ ਨਾਲ ਪੁਲਿਸ ਐਕਸ਼ਨ, ਐਡਮਿਨਿਸਟ੍ਰੇਟਿਵ ਐਕਸ਼ਨ ਹੋਏ ਨੇ ਔਰ ਨਾਲ ਰਿਲੀਫ ਐਕਸ਼ਨ ਹੋਏ ਨੇ। ਉਹਨਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾ ਸਕਣ। ਸਾਡੇ ਸਾਰੇ 2 MLAs ਆਏ ਸੀ, ਉਹਨਾਂ ਨੂੰ ਵੀ ਸਾਰਿਆਂ ਨੇ ਕਿਹਾ। ਅਸੀਂ ਹਾਈਕੋਰਟ ਦੇ ਵਿੱਚ ਵੀ ਰਿਕੁਐਸਟ ਕਰ ਰਹੇ ਹਾਂ ਕਿ ਇਹ ਫਾਸਟ ਟਰੈਕ ਰਾਹੀਂ ਇਹੋ ਜਿਹੇ ਕੇਸਾਂ ਦੇ ਉੱਤੇ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਕਿ ਇਹੋ ਜਿਹਾ ਕਹਿਰ ਕੋਈ ਮੁੜ ਕੇ ਨਾ ਵਰਤਾਵੇ। ਅਤੇ ਸਾਨੂੰ ਪੂਰੀ ਇਸ ਪਰਿਵਾਰ ਨਾਲ ਹਮਦਰਦੀ ਹੈ, ਮੈਂ ਥੈਂਕਸ ਕਰਦੀ ਹਾਂ ਅਸੀਂ ਸਾਰੇ, ਬਲਕਿ ਐਡਮਿਨਿਸਟ੍ਰੇਸ਼ਨ ਵੱਲੋਂ, ਸਾਰੇ ਡਿਸਟ੍ਰਿਕਟ ਵੱਲੋਂ, CM ਸਾਹਿਬ ਦਾ, ਜਿਨ੍ਹਾਂ ਨੇ ਪੂਰੀ ਤਰ੍ਹਾਂ ਨਾਲ ਆਪਣਾ ਇਹਦੇ 'ਤੇ ਵੱਧ ਤਵੱਜੋ ਦੇ ਕੇ ਇਮੀਡੀਏਟਲੀ ਸਾਨੂੰ ਸਾਰਿਆਂ ਨੂੰ ਹਦਾਇਤਾਂ ਕਰਕੇ ਇੱਥੇ ਆਪਣੀ ਸਰਕਾਰ ਦੇ ਵੱਲੋਂ ਜੋ ਹਮਦਰਦੀ ਪ੍ਰਗਟ ਕੀਤੀ ਹੈ, ਜੋ ਮਦਦ ਕਰ ਸਕੇ ਉਹ ਵੀ ਕੀਤੀ ਹੈ, ਔਰ ਹਾਇਰ ਲੈਵਲ 'ਤੇ ਵੀ ਉਹਨਾਂ ਨੇ DGP ਜਾਂ ਚੀਫ ਸੈਕਟਰੀ, ਉਹਨਾਂ ਦੀ ਕਮੇਟੀਜ਼ ਬਣਾ ਕੇ ਤਾਂ ਕਿ ਇਸ ਕੇਸ ਨੂੰ ਕੋਈ ਵੀ ਕਿਤੇ ਢਿੱਲ ਨਾ ਵਰਤੀ ਜਾ ਸਕੇ, ਇਸ ਤਰ੍ਹਾਂ ਦਾ ਤਵੱਜੋ ਦਿੱਤੀ ਹੈਗੀ ਹੈ। ਸਾਰਿਆਂ ਨੂੰ ਸਾਨੂੰ ਪੂਰਾ ਇਸ 'ਤੇ ਭਰੋਸਾ ਹੈ ਕਿ ਇਸ ਤਰ੍ਹਾਂ ਦੇ ਕੇਸ ਵਿੱਚ, ਇਸ ਤਰ੍ਹਾਂ ਦੇ ਹਾਲਾਤਾਂ ਨੂੰ ਦੇਖਦੇ ਹੋਏ, ਸਾਨੂੰ ਸਮਾਜ ਅਤੇ ਸਰਕਾਰ ਦੋਨਾਂ ਨੂੰ ਜਦੋਂ ਮਿਲ ਕੇ ਇਸ ਚੱਲਾਂਗੇ, ਇਸ ਤਰ੍ਹਾਂ ਦੇ ਐਲੀਮੈਂਟ ਘਟਾਉਣ 'ਚ ਅਸੀਂ ਅੱਗੇ ਵੱਧ ਸਕਾਂਗੇ। ਵਿਚਾਰ ਨਹੀਂ ਕੀਤਾ ਗਿਆ, ਸਰਕਾਰ ਨੇ ਔਰ ਪਰਿਵਾਰ ਨੇ ਔਰ ਜੋ ਕਮੇਟੀ ਦੇ ਕੱਲ੍ਹ ਬੈਠ ਕੇ ਫੈਸਲਾ ਕੀਤਾ ਸੀ ਉਸਨੂੰ ਪ੍ਰਵਾਨ ਕੀਤਾ ਗਿਆ। 6 ਲੱਖ ਰੁਪਏ ਦਾ ਮੁਆਵਜ਼ੇ ਦਾ ਚੈੱਕ ਅਸੀਂ ਪਰਿਵਾਰ ਨੂੰ ਅੱਜ ਦਿੱਤਾ, ਔਰ ਬਾਕੀ ਜਿਹੜਾ 14 ਲੱਖ ਰੁਪਇਆ ਹੋਰ ਦੇਣਾ ਉਹ ਭੋਗ ਵਾਲੇ ਦਿਨ ਸਰਕਾਰ ਵੱਲੋਂ ਦਿੱਤਾ ਜਾਊਗਾ ਚੀਫ CM ਸਾਹਿਬ ਦੇ ਰਿਲੀਫ ਫੰਡ 'ਚੋਂ। ਬਿਕੋਜ਼ ਸਾਰੀ ਜਿਹੜੀ ਇਹ ਪ੍ਰਵਾਨਗੀ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਸਹਿਮਤੀ ਨਾਲ ਅਤੇ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹੋਈ ਹੈ। ਪਰਿਵਾਰ ਨੂੰ ਨੌਕਰੀ ਦੇਣ ਦਾ ਵਾਅਦਾ, ਉਹਨਾਂ ਦੀ ਐਪਲੀਕੇਸ਼ਨ ਲਿੱਤੀ ਹੈ ਕਿਹੜੀ ਜਗ੍ਹਾ ਦੇ ਉੱਪਰ ਹੋਣੀ ਹੈ, ਇਸ ਨੂੰ ਅਸੀਂ ਸਾਈਡ ਬਾਏ ਸਾਈਡ ਕਰਕੇ, ਕਿਉਂਕਿ ਦੈਟ ਹੈਜ਼ ਟੂ ਗੋ ਟੂ ਕੈਬਨਿਟ, ਅਤੇ ਬੱਚਿਆਂ ਦੀ ਦੋਨਾਂ ਦੀ ਪੜ੍ਹਾਈ ਅਪ ਟੂ BA ਲੈਵਲ ਜਾਂ ਜੋ ਘਰ ਠੀਕ ਹੋਣਾ ਹੈ ਉਸ ਵਾਸਤੇ ਤਜਵੀਜ਼ DC ਸਾਹਿਬ ਨੇ ਆਲਰੇਡੀ ਪਰਿਵਾਰ ਤੋਂ ਲਿੱਤੀ ਹੈ ਅਤੇ ਉਸ ਦਾ ਅਸੀਂ ਇਮੀਡੀਏਟਲੀ ਕੰਮ ਸ਼ੁਰੂ ਕਰਾ ਦਾਂਗੇ। ਸੋ ਇਸ ਕਰਕੇ ਜੋ ਸਰਕਾਰ ਦਾ ਸਹਿਮਤੀ ਪਰਿਵਾਰ ਨਾਲ ਕੱਲ੍ਹ ਬਣੀ ਸੀ ਉਸ ਦੇ ਉੱਪਰ ਸਰਕਾਰ ਪੂਰਾ ਪਾਬੰਦ ਹੈ। ਅੱਜ ਮੈਂ ਅਤੇ ਸਾਡੇ ਸਤਿਕਾਰਯੋਗ ਸਾਬਕਾ ਮੁੱਖ ਮੰਤਰੀ ਪੰਜਾਬ ਬੀਬੀ ਭੱਠਲ ਜੀ ਅਤੇ DC ਸਾਹਿਬ ਅਤੇ SSP ਸਾਹਿਬ ਅਤੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ, ਅਸੀਂ ਸਾਰੇ ਉਰੇ ਇਸ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਵਿੱਚ ਅੱਜ ਸੰਸਕਾਰ ਹੋ ਰਿਹਾ ਉਸ ਦੇ ਵਿੱਚ ਸ਼ਮੂਲੀਅਤ ਕਰਨ ਵਾਸਤੇ ਅਸੀਂ ਸਾਰੇ ਹਾਜ਼ਰ ਹੋਏ। ਸਵਾਲ ਇਹੀ ਹੈ ਕਿ ਇਸ ਤਰ੍ਹਾਂ ਦੀ ਘਟਨਾਵਾਂ ਨਾ ਵਾਪਰਨ, ਇਸ ਨੂੰ ਲੈ ਕੇ ਸਰਕਾਰ ਕੀ ਕਦਮ ਚੁੱਕ ਰਹੀ ਹੈ, ਕਿਉਂਕਿ ਹੁਣ ਵੀ ਆਵਾਜ਼ ਜਿਹੜੀ ਗੂੰਜ ਰਹੀ ਹੈ ਇਨਸਾਫ਼ ਦੇਣ ਦੀ ਆਵਾਜ਼ ਗੂੰਜ ਰਹੀ। ਦੇਖੋ ਗੱਲ ਇਹ ਹੈ ਕਿ ਜਿੱਥੇ ਤੱਕ ਸਰਕਾਰ ਦੀ ਗੱਲ ਹੈ, ਇਨਸਾਫ਼ ਦੀ ਗੱਲ ਹੈ, ਇਹੋ ਜਿਹੀਆਂ ਘਟਨਾ ਨਾ ਵਾਪਰਨ ਉਸ ਦੀ ਗੱਲ ਹੈ। ਜਦੋਂ ਇਹ ਵਾਲਾ ਕੇਸ ਸਰਕਾਰ ਦੇ ਸਾਹਮਣੇ ਆਇਆ ਸੀ, ਜਦੋਂ ਵੀ ਇਹਨਾਂ ਨੇ ਆਪਣੇ ਜਗਵੀਰ ਨੂੰ ਹਸਪਤਾਲ 'ਚ ਐਡਮਿਟ ਕੀਤਾ, ਪੁਲਿਸ ਦੇ ਧਿਆਨ 'ਚ ਗੱਲ ਆਈ, ਉਸੇ ਵੇਲੇ ਚਾਰੋ ਦੋਸ਼ੀਆਂ ਦੇ ਉੱਪਰ ਕਿਡਨੈਪਿੰਗ ਦਾ ਪਰਚਾ ਦਰਜ ਹੋਇਆ ਸੀ ਔਰ ਇੱਕ ਦਿਨ ਦੇ ਅੰਦਰ ਚਾਰੋ ਦੇ ਚਾਰੋ ਦੋਸ਼ੀਆਂ ਨੂੰ ਪੁਲਿਸ ਨੇ ਫੜ ਕੇ ਅੰਦਰ ਕਰਤਾ ਸੀ। ਤੋ ਇਸ ਕਰਕੇ ਸਰਕਾਰ ਦੇ ਜਾਂ ਕਾਨੂੰਨ ਦੇ ਖਿਲਾਫ਼ ਕੋਈ ਵੀ ਬੰਦਾ ਕੰਮ ਕਰਦਾ ਹੈ ਤਾਂ ਉਸ 'ਤੇ ਸਖ਼ਤ ਕਾਰਵਾਈ ਪੁਲਿਸ ਵੱਲੋਂ ਜਾਂ ਸਰਕਾਰ ਵੱਲੋਂ ਹੋਵੇ, ਇਹੀ ਇੱਕ ਜ਼ਿੰਮੇਵਾਰ ਸਰਕਾਰ ਦਾ ਕੰਮ ਹੁੰਦਾ ਔਰ ਦੋਸ਼ੀਆਂ ਨੂੰ ਸਹੀ ਸਜ਼ਾ ਮਿਲੇ, ਇਹ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ। ਅੱਜ ਇਸ ਗੱਲ ਦਾ ਵੀ ਐਲਾਨ ਸਰਕਾਰ ਨੇ ਕੀਤਾ ਕਿ ਵਿਦਇਨ 7 ਡੇਜ਼ ਅਸੀਂ ਇਸ ਕੇਸ ਦਾ ਚਲਾਨ ਪੇਸ਼ ਕਰਾਂਗੇ ਔਰ ਸਾਡੀ ਕੋਸ਼ਿਸ਼ ਰਹੂਗੀ ਸਰਕਾਰ ਵੱਲੋਂ ਕਿ ਵਿਦਇਨ 3 ਮੰਥਸ ਇਸ ਕੇਸ ਦਾ ਫੈਸਲਾ ਹੋਵੇ ਜੱਜ ਸਾਹਿਬ ਵੱਲੋਂ ਤਾਂ ਕਿ ਜਿਹੜੇ ਦੋਸ਼ੀ ਉਹਨਾਂ ਨੂੰ ਸਜ਼ਾ ਮਿਲ ਸਕੇ। ਤਾਂ ਆਪਣੇ ਆਪ ਇਹੀ, ਇਸ ਤੋਂ ਵੱਧ ਹੋਰ ਕੁਛ ਨਹੀਂ ਹੁੰਦਾ। ਬਾਕੀ ਤਾਂ ਜਿਹੜੇ ਬੰਦੇ ਸਮਾਜ ਦੇ ਵਿੱਚ ਗੁੰਡਾਗਰਦੀ ਕਰਦੇ ਆ ਜਾਂ ਜਿਹੜੇ ਸਮਾਜ ਦੇ ਵਿੱਚ ਗਲਤ ਕੰਮ ਕਰਨ ਵਾਸਤੇ ਰੱਖਦੇ ਹੈ ਉਹ ਕਾਨੂੰਨ ਨੂੰ ਸਾਹਮਣੇ ਦਾ ਸੋਚ ਕੇ ਕਰਦੇ ਆ। ਸੋ ਸਰਕਾਰ ਦਾ ਜ਼ਿੰਮੇਵਾਰੀ ਹੁੰਦੀ ਹੈ ਕਾਨੂੰਨ ਦੀਆਂ ਜਿਹੜੇ ਉਲੰਘਣਾ ਕਰਦੇ ਆ ਉਹਨਾਂ ਦੇ ਉੱਪਰ ਸਹੀ ਕਾਰਵਾਈ ਹੋਵੇ।